ਕਰਮਜੀਤ ਸਿੰਘ ਔਜਲਾ ਦੀ ਕਹਾਣੀ ਮੋੜ ਉਹਦੇ ਪੇਕਿਆਂ ਦਾ ਘਰ ਭਾਵੇਂ ਬਹੁਤੇ ਵੱਡੇ ਪਲਾਟ ਵਿੱਚ ਤਾਂ ਨਹੀਂ ਸੀ ਪਰ ਦੋ ਮੰਜ਼ਲਾ ਹੋਣ ਕਰਕੇ ਬਣਾਏ ਗਏ ਕਮਰੇ ਉਹਦੇ ਭਰਾ ਤੇ ਦੋ ਭੈਣਾਂ ਲਈ ਬਥੇਰੇ ਸਨ ਪਹਿਲੀ ਮੰਜ਼ਲ ਨੂੰ ਖੁੱਲੇ ਗਲਿਆਰੇ ਵਾਲੀਆਂ ਪੌੜੀਆਂ ਲੌਬੀ 'ਚੋਂ ਚੜਾਈਆਂ ਗਈਆਂ ਸਨ ਇਹਨਾਂ ਪੌੜੀਆਂ ਦੀ ਵਰਤੋਂ ਉਹਨਾਂ ਦੇ ਘਰ ਦੇ ਸਾਰੇ ਜੀਆਂ ਨੂੰ ਬਹੁਤ ਕਰਨੀ ਪੈਂਦੀ ਸੀ ਕਿਉਂਕਿ ਤਿੰਨ ਜਵਾਨ ਭੈਣਾਂ ਨੂੰ ਪ੍ਰਾਈਵੇਸੀ ਤੇ ਪੜ੍ਹਾਈ ਲਈ ਇਕਾਂਤ ਦੇਣ ਲਈ ਉਤਲੀ ਮੰਜ਼ਲ ਤੇ ਕਮਰੇ ਦਿੱਤੇ ਗਏ ਸਨ ਤਿੰਨਾਂ ਭੈਣਾਂ ਤੋਂ ਛੋਟਾ ਭਰਾ ਭੈਣਾਂ ਨੂੰ ਆਪਣੇ ਕੋਲੋਂ ਦੂਰ ਰੱਖਣ ਨੂੰ ਜੀ ਨਹੀਂ ਸੀ ਕਰਦਾ ਸੋ ਭਰਾ ਦਾ ਕਮਰਾ ਵੀ ਉੱਤੇ ਹੀ ਸੀ ਮਾਂ ਲਈ ਵੀ ਤਾਂ ਜ਼ਰੂਰੀ ਹੋ ਜਾਂਦਾ ਕਿ ਜਵਾਂਤੀਆਂ ਦੀ ਨਿਗਰਾਨੀ ਤੇ ਚੱਜ ਆਚਾਰ ਲਈ ਉਹਨਾਂ ਨੂੰ ਆਪਣੀ ਅੱਖਾਂ ਸਾਹਮਣੇ ਰੱਖੇ ਸੋ ਦੀ ਮਾਂ ਵੀ ਉਤਲੀ ਮੰਜ਼ਲ ਦੀ ਵਾਸੀ ਬਣ ਗਈ ਉਤਲੀ ਮੰਜ਼ਲ ਦਾ ਸਬੰਧ ਹੇਠਲੀ ਮੰਜ਼ਲ ਨਾਲ ਬਹੁਤ ਪੱਕਾ ਸੀ ਕੀ ਹੋਇਆ ਜੇ ਉਹਦੀਆਂ ਦੋ ਛੋਟੀਆਂ ਭੈਣਾਂ ਤੇ ਇੱਕ ਵੱਡਾ ਭਰਾ ਉਤਲੀ ਮੰਜ਼ਲ ਦੇ ਕਮਰਿਆਂ 'ਚ ਰਹਿੰਦੇ ਸਨ ਉਹਦੇ ਪਿਤਾ ਜੀ ਦਾ ਕਮਰਾ ਤਾਂ ਹੇਠਲੀ ਮੰਜ਼ਲ ਤੇ ਹੀ ਸੀ ਉਹਨਾਂ ਨੂੰ ਉਹਨਾਂ ਦੇ ਕਹਿਣ ਅਨੁਸਾਰ ਘੜਾ-ਪਕੜਾ-ਪਕੜ ਕੇ ਪੌੜੀਆਂ ਚੜ੍ਹਨੀਆਂ ਬਹੁਤ ਔਖੀਆਂ ਲੱਗਦੀਆਂ ਸੀ ਉਹਨਾਂ ਨੇ ਆਪਣਾ ਡੇਰਾ ਹੇਠਲੀ ਕਮਰਿਆਂ 'ਚੋਂ ਵਾਰਾਂਡੇ 'ਚ ਖੁੱਲ੍ਹਦੇ ਵੱਡੇ ਕਮਰੇ 'ਚ ਕਰ ਲਿਆ ਸੀ ਇਸ ਤਰ੍ਹਾਂ ਪੌੜੀਆਂ ਚੜ੍ਹਨ ਦੀ ਮੁਸ਼ਕਲ ਤੋਂ ਆਪ ਤੇ ਆਪਣੀ ਉਮਰ ਦੇ ਬਜ਼ੁਰਗ ਮਿੱਤਰਾਂ ਨੂੰ ਵੀ ਇਸ ਮੁਸ਼ਕਲ ਤੋਂ ਬਚਾ ਰਹੇ ਸਨ ਭਾਵੇਂ ਉਹਦੇ ਪਿਤਾ ਜੀ ਉਤਲੀ ਮੰਜ਼ਿਲ ਤੇ ਮਹੀਨੇ ਚ ਮਸਾਈ ਕੁਵਾਰੀ ਜਾਂਦੇ ਹੋਣਗੇ ਪਰ ਉਹਦੀ ਮਾਤਾ ਜੀ ਤਾਂ ਘਟੋ ਘਟ 30 ਵਾਰ ਇੱਕ ਦਿਨ ਚ ਉੱਤੋਂ ਥੱਲੇ ਥੱਲੇ ਉੱਤੇ ਜਾਂਦੇ ਸੀ ਇਹਦਾ ਕਾਰਨ ਰਸੋਈ ਦੇ ਗੁਸਲਖਾਨਾ ਦਾ ਗੁਸਲਖਾਨੇ ਆਦ ਦਾ ਉਹਨਾਂ ਦੇ ਪੁਰਾਣੇ ਰਿਵਾਜ ਨਾਲ ਬਣਾਏ ਗਏ ਘਰ ਚ ਜ਼ਮੀਨ ਤੇ ਹੀ ਹੋਣਾ ਸੀ ਤਿੰਨ ਭੈਣਾਂ ਦੇ ਇਕਲੌਤੇ ਭਰਾ ਨੂੰ ਵੀ ਪੌੜੀਆਂ ਦੀ ਝੜੋ ਲੱਥੀ ਕਰਨੀ ਪੈਂਦੀ ਸੀ ਪਰ ਆਪਣੀ ਮਾਤਾ ਜੀ ਤੋਂ ਕਿਤੇ ਘੱਟ ਮਾਤਾ ਜੀ ਤਰਸੋਈ ਦਾ ਸਾਰਾ ਕੰਮ ਕਰਦੇ ਕਦੀ ਚਾਹ ਜਾਂ ਦੁੱਧ ਆਦ ਆਪਣੀਆਂ ਧੀਆਂ ਤੇ ਪੁੱਤਾਂ ਨੂੰ ਉੱਤੇ ਪਹੁੰਚਾ ਦਿੰਦੇ ਇਸ ਛੜੋ ਲੱਥੀ ਚ ਜੇ ਉਹਦੀ ਮਾਤਾ ਜੀ ਥਕਾਵਟ ਦੀ ਸ਼ਿਕਾਇਤ ਕਰਦੀ ਤਾਂ ਸਾਰੇ ਕਹਿੰਦੇ ਮਾਤਾ ਜੀ ਤੁਹਾਡੀ ਕਸਰਤ ਹੋ ਜਾਂਦੀ ਹੈ ਤੁਸੀਂ ਪਤਲੇ ਹੋ ਜਾਓਗੇ ਉਹਦੀ ਬਹੁਤ ਮੋਟੀ ਮਾਤਾ ਜੀ ਨਾ ਗੁੱਸਾ ਕਰਦੀ ਨਾ ਰੋਸ ਉਹਨਾਂ ਦੇ ਜੀਵਨ ਦੀ ਗੱਡੀ ਇਸੇ ਤਰ੍ਹਾਂ ਹੀ ਚੱਲਦੀ ਰਹੀ ਇੱਕ ਦਿਨ ਉਹਦੀ ਮਾਤਾ ਜੀ ਨੂੰ ਛਾਤੀ 'ਚ ਪੀੜ ਹੋਈ ਉਹਨੇ ਹਉ ਪਰੇ ਘਰ ਛੱਡਿਆ ਇਹ ਪੀੜ ਕਈ ਵਾਰੀ ਹੋਈ ਇਸ ਪੀੜ ਦਾ ਦੁਖਦਾਈਪਨ ਵਧਦਾ ਗਿਆ ਆਖਰ ਡਾਕਟਰ ਨੂੰ ਵਿਖਾਇਆ ਡਾਕਟਰ ਦੀ ਤਫ਼ਤੀਸ਼ ਨੇ ਸਾਰੇ ਘਰ ਨੂੰ ਫਿਕਰ ਪਾ ਦਿੱਤਾ ਡਾਕਟਰ ਅਨੁਸਾਰ ਉਹਦੇ ਮਾਤਾ ਜੀ ਦਿਲ ਦੇ ਰੋਗੀ ਸਨ ਉਹਨਾਂ ਨੂੰ ਆਪਣਾ ਭਾਰ ਘੱਟ ਕਰਨਾ ਚਾਹੀਦਾ ਸੀ ਨਾਲ ਹੀ ਭਾਰਾ ਕੰਮ ਤੇ ਪੌੜੀਆਂ ਚੜ੍ਹਨਾ ਉਹਨਾਂ ਲਈ ਬਿਲਕੁਲ ਮਨਾ ਕਰ ਦਿੱਤਾ ਗਿਆ ਡਾਕਟਰ ਨੇ ਤਸੱਲੀ ਦਿੱਤੀ ਜੇ احتیاط ਵਰਤਿਆ ਗਿਆ ਤੇ ਦਵਾਈ ਨਿਯਮ ਨਾਲ ਖਾਧੀ ਜਾਏ ਤਾਂ ਫਿਰ ਕਿਸੇ ਚੀਜ਼ ਦਾ ਖਤਰਾ ਨਹੀਂ ਸੀ ਉਹ ਕਈ ਸਾਲ ਪੁਰਾਣੀਆਂ ਗੱਲਾਂ ਆਪਣੇ ਪੀਕੇ ਘਰ ਤੇ ਆਪਣੇ ਮਾਤਾ ਜੀ ਬਾਰੇ ਸੋਚ ਰਹੀ ਸੀ ਆਪਣੇ ਕਮਰੇ ਚ ਉਦਾਸ ਲੇਟੀ ਸੀ ਤੇ ਉਹ ਤੇ ਉਹਦਾ ਪਤੀ ਅੱਜ ਡਾਕਟਰ ਨੂੰ ਮਿਲ ਕੇ ਆਏ ਸੀ ਡਾਕਟਰ ਵੱਲੋਂ ਉਹਨਾਂ ਨੂੰ ਦਿੱਤੀ ਗਈ ਸਲਾਹੀ ਉਹਨਾਂ ਲਈ ਉਹਨਾਂ ਦੇ ਫਿਕਰ ਦਾ ਕਾਰਨ ਬਣ ਗਈ ਉਹਦੇ ਵਿਆਹ ਨੂੰ 15 ਸਾਲ ਹੋ ਗਏ ਸੀ ਉਹਦੀ ਵੱਡੀ ਕੁੜੀ 14 ਸਾਲਾਂ ਦੀ ਸੀ ਦੂਜਾ ਛੋਟਾ ਮੁੰਡਾ 10 ਸਾਲਾਂ ਦਾ ਸੀ ਇੱਕ ਮੁੰਡਾ ਇੱਕ ਕੁੜੀ ਉਹਦੇ ਤੇ ਉਹਨਾਂ ਦਾ ਬਸ ਪਰਿਵਾਰ ਮੁਕੰਮਲ ਉਹਨਾਂ ਨੇ ਸੰਤਾਨ ਸੰਜਮ ਲਈ ਸਾਵਧਾਨੀਆਂ ਵਰਤਨੀਆਂ ਸ਼ੁਰੂ ਕਰ ਦਿੱਤੀਆਂ ਪਹਿਲੇ 2.5 ਸਾਲ ਤੋ ਆਮ ਪ੍ਰਚਲਿਤ ਗਰਭ ਨਿਰੋਧਕ ਵਰਤੇਦੇ ਰਹੇ ਆਪਰੇਸ਼ਨ ਤੋਂ ਦੋਵੇਂ ਡਰਦੇ ਸੀ ਟੀਵੀ ਆਦਤ ਤੇ ਕਾਪਰਟੀ ਦੀ ਮਸ਼ਹੂਰੀ ਨੇ ਉਹਨਾਂ ਨੂੰ ਪ੍ਰੇਰਣਾ ਦਿੱਤੀ ਉਹਨੇ ਕਾਪਰਟੀ ਦਾ ਸਹਾਰਾ ਲਿਆ ਇਹ ਸਾਧਨ ਉਹਨਾਂ ਦੋਵਾਂ ਨੂੰ ਬੇਫਿਕਰੀ ਤਾਂ ਪ੍ਰਦਾਨ ਕਰਦਾ ਸੀ ਪਰ ਸਿਰਫ 3 ਸਾਲਾਂ ਲਈ ਇਸ ਸਮੇਂ ਤੋਂ ਬਾਅਦ ਇਸ ਸਾਧਨ ਨੂੰ ਕਢਵਾ ਕੇ ਉਹਨਾਂ ਨੂੰ ਦੂਜੀ ਵਾਰੀ ਲਗਵਾਉਣਾ ਪੈਂਦਾ ਸੀ ਇੱਥੇ ਵੀ ਇੱਕ ਹੱਦ ਸੀ ਤਿੰਨ ਵਾਰ ਇਹੋ ਸਹੂਲਤ ਲੈਣ ਤੋਂ ਪਿੱਛੋਂ ਅੱਗੇ ਲਈ ਇਹ ਸਾਧਨ ਕਈ ਤਰ੍ਹਾਂ ਨਾਲ ਹਾਨੀਕਾਰਕ ਹੋ ਸਕਦਾ ਸੀ। ਉਹਨਾਂ ਨੇ ਆਪਣੇ ਪੁੱਤਰ ਦੇ ਜਨਮ ਤੋਂ ਬਾਅਦ ਇਸ ਸਾਧਨ ਦਾ ਲਾਭ ਦਸਾਂ ਸਾਲਾਂ ਤੱਕ ਉਠਾਇਆ। ਅੱਗੇ ਤੋਂ ਉਹਨਾਂ ਨੂੰ ਕੋਈ ਹੋਰ ਰਸਤਾ ਲੱਭਣਾ ਪੈਣਾ ਸੀ। ਆਪਰੇਸ਼ਨ ਤੋਂ ਦੋਵੇਂ ਬਹੁਤ ਕਤਰੌਂਦੇ ਸੀ, ਕੁਝ ਨਾ ਕੁਝ ਤਾਂ ਕਰਨਾ ਪੈਣਾ ਹੀ ਸੀ। ਉਹ ਜੇ ਮਸਾਂ ਹੀ 35 ਸਾਲਾਂ ਦੀ ਹੋਈ ਸੀ ਕਿ ਉਹਨੇ ਇੱਕ ਕਿਤਾਬ 'ਚ ਪੜ੍ਹਿਆ ਕਿ ਆਧੁਨਿਕ ਇਸਤਰੀ ਕੁਝ احتیاط ਵਰਤ ਕੇ 50 ਸਾਲਾਂ ਤੱਕ ਆਪਣੀ ਸੈਕਸ ਲਾਈਫ ਨੂੰ ਐਕਟਿਵ ਰੱਖ ਸਕਦੀ ਹੈ। ਉਹਦੀ ਸੋਸਾਇਟੀ 'ਚ ਸੈਕਸ ਦਾ ਚਰਚਾ ਮੌਸਮ ਦੇ ਚਰਚੇ ਵਾਂਗ ਹੁੰਦਾ। ਉਹਨੇ ਇੱਕ ਵਾਰ ਆਪਣੀ ਇੱਕ ਸਹੇਲੀ ਨੂੰ ਕਿਸੇ ਤੀਸਰੀ ਬਾਰੇ ਕਿਹਾ ਸੀ ਕਿ ਉਹ ਕੱਪੜੇ ਬੜੇ ਕੀਮਤੀ ਪਾਉਂਦੀ ਸੀ। ਜਿੰਨੇ ਮਰਜ਼ੀ ਕੀਮਤੀ ਕੱਪੜੇ ਪਾਵੇ ਸੈਕਸੀ ਤੋਂ ਬਿਲਕੁਲ ਨਹੀਂ ਹੈਗੀ। ਉਹਦੀ ਸਹੇਲੀ ਦਾ ਜਵਾਬ ਸੀ ਉਹਦੀ ਟਾਣੀ ਦੀਆਂ ਸਾਰੀਆਂ ਵੇਲੜਾਂ 'ਚ ਇੱਕ ਦੂਜੇ ਤੋਂ ਵੱਧ ਸੈਕਸੀ ਦਿਸਣ ਦੀ ਹੋੜ ਲੱਗੀ ਰਹਿੰਦੀ ਸੀ। ਇਹਦੇ ਉਦੇਸ਼ ਤੋਂ ਵੀ ਉਹ ਸਾਰੀਆਂ ਭਲੀ-ਪਾਂਤ ਜਾਣੂ ਸੀ। ਡੇਡਾ ਫਰੀ ਇਸ ਸੁਸਾਇਟੀ ਨੂੰ ਵੀ ਵਿਕਾਰਾਂ ਦੀ ਭੁੱਖ ਅਮਿੱਟ ਸੀ ਕਾਮਨੀ ਉਹਦੇ ਪਤੀ ਨੇ ਕਮਰੇ 'ਚ ਪ੍ਰਵੇਸ਼ ਕਰਦੇ ਆ ਉਹਦਾ ਨਾਮ ਪੁਕਾਰਿਆ ਕੁਛ ਨਹੀਂ ਸੀ ਬੋਲੀ ਉਹਦਾ ਪਤੀ ਮਹਿੰਦਰ ਉਹਦੇ ਕੋਲ ਆ ਕੇ ਖੜਾ ਹੋ ਗਿਆ ਬੈੱਡ ਤੇ ਮੂੰਹ ਦੇ ਮੂੰਹ ਲੇਟੀ ਹੋਈ ਦੀ ਕਮਰ ਥਪਥਪਾਈ ਉਹਦੇ ਪਤੀ ਨੇ ਉਹ ਅਹਲ ਰਹੀ ਤੇ ਆਪਣੇ ਮਾਤਾ ਜੀ ਦੀਆਂ ਉਪਰੋਕਤ ਯਾਦਾਂ 'ਚ ਹੀ ਖੋਈ ਹੋਈ ਸੀ ਕਾਮਨੀ ਉਹਦੇ ਪਤੀ ਦੀ ਫੇਰ ਆਵਾਜ਼ ਸੁਣਾਈ ਦਿੱਤੀ ਉਹ ਫੇਰ ਵੀ ਨਿਰਉਤਰ ਸੀ ਕਾਮਨੀ ਹੁਣ ਤਾਂ ਕੁਝ ਹੋ ਨਹੀਂ ਸਕਦਾ ਡਾਕਟਰ ਦੇ ਕਹਿਣ ਅਨੁਸਾਰ ਹੁਣ ਬੱਚਾ ਜੰਮਣਾ ਹੀ ਪਏਗਾ ਕਾਮਨੀ ਚੁੱਪਸੀ ਤੇ ਉਹਦਾ ਪਤੀ ਮਹਿੰਦਰ ਬੋਲੀ ਜਾ ਰਿਹਾ ਸੀ ਹੁਣ ਤੂੰ ਆਪਣਾ ਖਿਆਲ ਰੱਖੀ ਆਉਣ ਵਾਲਾ ਤਾਂ ਆਕੇ ਹੀ ਰਹੇਗਾ ਉਹਦੀ ਸ਼ਕਲ ਤੇ ਸਿਹਤ ਚੰਗੀ ਹੋਵੇ ਇਸ ਲਈ ਆਪਣੀ ਡਾਈਟ ਵਗੈਰਾ ਦਾ ਖਿਆਲ ਰੱਖ ਹੋਰ ਕਿਤੇ ਕਾਲਾ ਕਲੂਟਾ ਜਾਂ ਮਰੀਅਲ ਬਿਮਾਰੀ ਨਾ ਪਿੱਛੇ ਪੈ ਜਾਏ ਜੇ ਕੁੜੀ ਹੋਈ ਤਾਂ 10 ਲੱਖ ਦਾ ਜੁਰਮਾਨਾ ਵੀ ਪੈ ਜਾਊਗਾ ਕਾਮਨੀ ਦਾ ਪਤੀ ਮਹਿੰਦਰ ਬੋਲੀ ਜਾ ਰਿਹਾ ਸੀ ਉਦੇਣ ਚਾਹੀ ਮਹਿਮਾਨ ਦਾ ਆਗਮਨ ਤਾਂ ਮਜਬੂਰੀ ਸੀ ਪਰ ਉਹਨੂੰ ਫਿਕਰ ਸੀ ਕਿਤੇ ਉਹ ਬੇਸ਼ਕਲ ਕਮਜ਼ੋਰ ਜਾਂ ਕੁੜੀ ਹੋ ਕੇ ਉਹਦੇ ਲਈ ਮੋٹے ਖਰਚੇ ਦਾ ਕਾਰਨ ਨਾ ਬਣ ਜਾਏ ਉਹ ਆਪਣੀ ਪਤਨੀ ਨੂੰ ਵਿਟਾਮਿਨ ਫਰੂਟ ਹੋਰ ਸਭ ਕੁਝ ਬਾਰੇ ਦੱਸ ਕੇ ਚਲਾ ਗਿਆ ਡਾਕਟਰ ਤੋਂ ਮੁੜਦੀਆਂ ਕਾਮਨੀ ਤਾਂ ਮੰਜੇ ਤੇ ਡਿੱਗ ਪਈ ਭਿੰਦਰ ਆਪਣੇ ਵਪਾਰ ਸਬੰਧੀ 8-7 ਟੈਲੀਫੋਨ ਕਰਕੇ ਪੌਣੇ ਘੰਟੇ ਬਾਅਦ ਉਹਦੇ ਕੋਲ ਆਇਆ ਕਾਮਨੀ ਨੂੰ ਉਹਦੀ ਮਾਂ ਬੜਨ ਦੀ ਸੰਭਾਵਨਾ ਨੇ ਘੋਰ ਉਦਾਸੀ 'ਚ ਸੁੱਟਿਆ ਹੋਇਆ ਸੀ ਭਿੰਦਰ ਚਲਾ ਗਿਆ ਉਦੇ ਜਾਨ ਪਿੱਛੋਂ ਬਹੁਤ ਹੀ ਤਿਲ ਮਲਾਈ ਬੜਬੜਾਈ। ਅਬ ਉਹਦੀਆਂ ਅੱਖਾਂ 'ਚ ਪਾਣੀ ਵੀ ਆ ਗਿਆ ਸੀ। ਤੈਨੂੰ ਕੀ ਲੱਗੇ? ਬੰਨੀ ਤਾਂ ਮੇਰੀ ਜਾਨ ਤੇ ਐ। ਤੇਰੀ ਮਾਂ ਨੂੰ ਤਾਂ ਚਾਹੀ ਚੜਜੋ। ਰੋਲਣਾ ਤਾਂ ਮੈਂ ਹੀ ਆ ਨਾ। ਕਾਮਨੀ ਕਿੰਨਾ ਚਿਰ ਵੇਸ਼ ਘੋਲਦੀ ਰਹੀ। ਉਹਨੂੰ ਯਾਦ ਆ ਰਿਹਾ ਸੀ ਕਿਸ ਤਰ੍ਹਾਂ ਉਹਦੀ ਸੱਸ ਦੂਸਰੇ ਪੋਤੇ ਲਈ ਉਹਨੂੰ ਰਮਜ਼ਾ ਹੀ ਰਮਜ਼ਾਨ 'ਚ ਜ਼ੋਰ ਪਾਉਂਦੀ ਹੁੰਦੀ ਸੀ। ਤੇ ਨਾਲ ਹੀ ਉਹਨੂੰ ਫਿਕਰ ਸੀ ਵੀ ਗਰਭ ਧਾਰਨ ਕਾਰਨ ਉਹਦਾ ਵਧਿਆ ਹੋਇਆ ਢਿੱਡ ਟਿੱਲੇ ਹੋਏ ਪੱਠੇ ਤੇ ਵਿਗੜੀ ਹੋਈ ਚਾਲ ਉਹਦੀ ਫਿਗਰ ਤੇ ਐਟੀਕੀਟ ਦਾ ਨਾਸ ਫੁੱਟ ਕੇ ਰੱਖ ਦੇਗੀ ਤੇ ਹੁਣ ਵਾਲੀ ਉਹਦੀ ਸੈਕਸ ਅਪੀਲ ਉਹ ਤਾਂ ਆਪਣੇ ਵਜੂਦ ਹੀ ਨਹੀਂ ਬਚਾ ਸਕੇਗੀ ਸਭ ਕੁਝ ਕਿੰਨਾ ਦਿਲ ਟਾਉ ਤੇ ਚਿੰਤਾ ਉਪਜਾਉ ਸੀ ਕਈ ਕੁਝ ਨਸ਼ਟ ਹੋਣ ਦੀ ਸੰਭਾਵਨਾ ਤੇ ਉਹ ਕੁਝ ਦੇਰ ਲਈ ਜੀ ਭਰ ਕੇ ਰੋਈ ਉਹਨੇ ਆਪਣੀ ਸੱਸ ਤੇ ਪਤੀ ਨੂੰ ਖੂਬ ਕੋਸਿਆ ਉਹਨੇ ਖੋਈ ਜਾਣ ਵਾਲੀ ਆਪਣੀ ਸੈਕਸ ਅਪੀਲ ਤੇ ਉਦੇਸ਼ ਦੇ ਮਹੱਤਵ ਬਾਰੇ ਬਿਲਕੁਲ ਹੀ ਨਾ ਵਿਚਾਰਿਆ ਫਿਰ ਉਹ ਸਾਇੰਸ ਤੇ ਡਾਕਟਰੀ ਤੇ ਬਰੀ ਡਾਕਟਰੀ ਤੇ ਸਾਇੰਸ ਦੀ ਕਹੀ ਜਾ ਰਹੀ ਤਰੱਕੀ ਉਹਨੂੰ ਨਿਰਗੱਪ ਵਾਂਗ ਲੱਗੀ ਜਿਹੜੇ ਡਾਕਟਰ ਉਹ ਨੇਗੇਟਿਵ ਖੂਨ ਕਾਰਨ ਉਹਦਾ ਗਰਭਪਾਤ ਨਹੀਂ ਕਰ ਸਕਦੇ ਉਹਨਾਂ ਦੀ ਡਾਕਟਰੀ ਨੂੰ ਉਹਨੇ ਲੱਖ ਲਾਨਤ ਪਾਈ ਲਿੰਗ ਤੇ ਯੋਨ ਵਿਕਾਰ ਨੂੰ ਆਪਣਾ ਹੱਕ ਸਮਝਦਾ ਸਮਝਦੀ ਹੋਈ ਨੇ ਚਾਹ ਦੇ ਕੱਪ ਵਾਂਗ ਕੀਤੇ ਗਏ ਮਿਲਾਬ ਕਾਰਨ ਕੁਛ ਫੁੱਟੇ ਤੇ ਵੱਧ ਰਹੇ ਔਲਾਦ ਦੀ ਕਰੰਮਲ ਨੂੰ ਜੀ ਭਰ ਕੇ ਕੋਸਿਆ ਉਹਨੂੰ ਆਪਣੇ ਆਪ ਦੀ ਸਮਾਨਤਾ ਆਪਣੀ ਮਾਂ ਵਾਂਗ ਲੱਗੀ ਮੋਟੀ ਤੇ ਦਿਲ ਦੀ ਮਰੀਜ਼ ਹੋਣ ਕਰਕੇ ਪੌੜੀਆਂ ਚੜ੍ਹਨ ਉਸ ਲਈ ਵਰਜਿਤ ਕਰਤੀਆਂ ਗਈਆਂ ਕਾਮਨੀ ਲਈ ਜਿਹਦਾ ਖੂਨ ਉਹ ਨੈਗੇਟਿਵ ਸੀ ਇਸ ਲਈ ਗਰਭਪਾਤ ਵਰਜਿਤ ਸੀ ਉਪਰੋਕਤ 8.5 ਮਹੀਨੇ ਬੀਤ ਗਏ ਇਸ ਦੌਰਾਨ ਚਮਕ ਵਰਗੀ ਪਤਲੀ ਕਾਮਨੀ ਫੁੱਲ ਕੇ ਪੜੋਲਾ ਹੋ ਗਈ ਉਹਦੇ ਮੂੰਹ ਤੇ ਸ਼ਈਆਂ ਪੈ ਗਈਆਂ ਉਹਦੀਆਂ ਛਾਤੀਆਂ ਉਹਦੀ ਬਰਾਚਾਈ ਨਹੀਂ ਸੀ ਸਕਦੀਆਂ 36 32 36 ਦੀ ਫਿਗਰ 40 44 40 ਦੀ ਹੋ ਗਈ ਉਹਦੀਆਂ ਕਿੱਟੀਆਂ ਤੇ ਕਲੱਬ ਉਤੋਂ ਛੁੱਟੇ ਵਰਗੇ ਸਨ ਉਹਦੀ ਨਵੀਂ ਜੰਮੀ ਲੜਕੀ ਡੇਢ ਮਹੀਨੇ ਦੀ ਹੋ ਗਈ ਸੀ ਤਕੜੀ ਸਰਦੀ ਦੇ ਦਿਨ ਸਾਨੂੰ ਆਪਣੀ ਨਵੀਂ ਜੰਮੀ ਬੱਚੀ ਦਾ ਉਨੀ ਸਵੈਟਰ ਬਦਲ ਰਹੀ ਸੀ ਤਾਂ ਹੀ ਉਹਦੀ ਸੱਸ ਨੇ ਆ ਕੇ ਦੱਸਿਆ ਕਿ ਰੋਸ਼ਾ ਆਈ ਸੀ ਰੋਸ਼ਾ ਕਾਮਨੀ ਦੀ ਕਿੱਟੀ ਦੇ ਕਲੱਬ ਦੀ ਸਾਥਣ ਸੀ ਆਧੁਨਿਕ ਗੰਧ ਬਕਣ ਚ ਬੜੀ ਨਿਪੁੰਨ ਸੀ ਡੀਸੈਂਟ ਵਲਗੈਰਿਟੀ ਦੀਆਂ ਕਾਢਾਂ ਚੋਂ ਬੇਮਿਸਾਲ ਸੀ ਹਰ ਮੈਂਬਰ ਇਸਤਰੀ ਨੇ ਉਸ ਤੋਂ ਬਹੁਤ ਗੰਧ ਸਿੱਖਿਆ ਸੀ ਉਹਦੇ ਪੇਕੇ ਬੰਬਈ ਸੀ ਵਿਆਹ ਤੋਂ 14 ਸਾਲ ਪਿੱਛੋਂ ਵੀ ਉਹ ਬੰਬਈ ਦੀਆਂ ਸਫਤਾਂ ਤੇ ਲੁਧਿਆਣੇ ਦੀ ਬਦਖੋਈ ਕਰਨੋਂ ਬਾਜ਼ ਨਹੀਂ ਸੀ ਆਉਂਦੀ। ਹਾਈ ਕਾਮਨੀ ਰੁਸ਼ਾ ਨੇ ਕਾਮਨੀ ਨੂੰ ਕਮਰੇ 'ਚ ਦਾਖਲ ਹੁੰਦੇ ਆ ਕੇ ਕਾਮਨੀ ਕਿਸੇ ਸ਼ਰਮਿੰਦਗੀ ਦੀ ਅਨੁਭੂਤੀ 'ਚ ਡੁੱਬ ਗਈ। ਉਹਨੇ ਫੋਮ ਦੀ ਸਿਲਕਨ ਰਜਾਈ ਨਾਲ ਆਪਣੀ ਨਵ ਜੰਮੀ ਬੱਚੀ ਨੂੰ ਗਰਦਨ ਤੱਕ ਲੁਕਾ ਦਿੱਤਾ ਜਿਵੇਂ ਕਿਸੇ ਚੋਰੀ ਕੀਤੀ ਚੀਜ਼ ਦੇ ਫੜੇ ਜਾਣ ਦਾ ਡਰ ਹੋਵੇ। ਹਾਈ ਰੁਸ਼ਾ ਕਾਮਨੀ ਦੀ ਆਵਾਜ਼ ਮਰੀ ਜੀ ਸੀ। ਉੱਠ ਕੇ ਖੜੀ ਹੋ ਗਈ ਚਾਹੁੰਦੀ ਸੀ। ਗਰਭ ਕਾਰਨ ਉਹਦਾ ਵਧਿਆ ਤੇ ਲੰਮ ਗਿਆ ਢਿੱਡ ਉਹਦੇ ਖੁੱਲੇ ਤੇ ਢਿੱਲੇ ਗਾਉਂ ਚ ਪ੍ਰਤੀਤ ਹੀ ਨਾ ਹੋਵੇ। ਰੋਸ਼ਾ ਕੁਰਸੀ ਤੇ ਬਹਿ ਗਈ ਕਾਮਨੀ ਕਿਸੇ ਸ਼ਰਮਿੰਦਗੀ ਦੇ ਅਹਿਸਾਸ ਠਕੜੀ। ਸ਼ਸ਼ੋਪੰਚ ਸੀ ਵੀ ਉਹ ਕਿੱਥੇ ਬੈਠੇ। ਰੋਸ਼ਾ ਨੇ ਨਾਂ ਨਵਜੰਮੀ ਬੱਚੀ ਦੇ ਸਿਰ ਤੇ ਹੱਥ ਫੇਰਿਆ। ਨਾ ਕੋਈ ਵਧਾਈ ਜਾਂ ਪ੍ਰਸ਼ੰਸਾ ਦੀ ਗੱਲ ਕੀਤੀ। ਉਹ ਆਪਣੀ ਲਿਪੀ ਪੋਚੀ। ਸ਼ਕੀਨ ਸੂਰਤ ਤੇ ਗਰਭ ਕਰਦੀ ਹੋਈ ਕੁਝ ਦੇਰ ਤੱਕ ਚੁੱਪੀ ਬੈਠੀ ਰਹੀ। ਕਾਮਨੀ ਤੂੰ ਇਹ ਕੀ ਫੁਲਿਸ਼ਨੈਸ ਕਰਤੀ। ਬੜੇ ਨਕਲੀ ਅੰਦਾਜ਼ 'ਚ ਰੋਸ਼ਾ ਨਵਜੰਮੀ ਬੱਚੀ ਵੱਲ ਹੱਥ ਕਰਕੇ ਬੋਲੀ ਪਹਿਲਾਂ ਹੀ ਸ਼ਰਮਿੰਦੀ ਕਾਮਨੀ ਜਿਵੇਂ ਗੰਦੇ ਪਾਣੀ ਨਾਲ ਭਿੱਜ ਗਈ ਹੋਵੇ ਆਪਣੇ ਇਸੂਲੈਸ ਰਿਲੇਟਿਵ ਨੂੰ ਦੇ ਦਿਓ ਇਨ ਆਪਣੇ ਕਿਸੇ ਇਸੂਲੈਸ ਰਿਲੇਟਿਵ ਨੂੰ ਦੇ ਦਿਓ ਇਹ ਚਾਈਲਡ ਮੁੰਡਾ ਏ ਕਿ ਕੁੜੀ ਰੋਸ਼ਾ ਦੀ ਬੇਤਕੱਲਫ ਆਵਾਜ਼ ਬੇਸ਼ਰਮ ਤੇ ਨਿਰਲਜ ਸੀ ਕਾਮਨੀ ਆਪਣੇ ਕਸੂਰ ਤੇ ਫਲਿਸ਼ਨੈਸ ਤੇ ਪਾਣੀ ਪਾਣੀ ਹੋਈ ਜਾ ਰਹੀ ਸੀ ਜੇ ਅਬੋਰਸ਼ਨ ਕਰਵਾ ਦਿੰਦੀ ਹੋਂ ਤਾਂ ਇਹ ਹਾਲਤ ਨਾ ਹੁੰਦਾ ਤੇਰੀ ਫਿਗਰ ਦਾ ਰੋਸ਼ਾ ਨੇ ਖੁੱਲੇ ਗਾਉਨ ਚੋਂ ਵੀ ਕਾਮਨੀ ਦਾ ਢਿੱਡ ਤੇ ਛਾਤੀਆਂ ਪਰਖ ਲਈਆਂ ਹੁਣ ਤੇਰੀ ਸੈਕਸ ਅਪੀਲ ਜ਼ੀਰੋ ਰੋਸ਼ਾ ਦਾ ਅਗਲਾ ਬਾਣ ਤਾਂ ਕਾਮਨੀ ਚੋਂ ਆਰ ਪਾਰ ਹੋ ਗਿਆ ਚਾਹੇ ਬੀਬੀ ਜੀ ਇੱਕ ਟ੍ਰੇ ਚ ਦੋ ਕੱਪ ਲੈ ਕੇ ਆਏ ਨੌਕਰ ਦੀ ਆਵਾਜ਼ ਸੀ ਇਹ ਚਾਹ ਕਾਮਨੀ ਦੀ ਸੱਸ ਨੇ ਬਣਾਈ ਸੀ oh no no tea with sugar no calories ਬੜੇ ਮિજાਜ ਤੇ ਨਖਰੇ ਨਾਲ ਬੋਲੀ ਸੀ ਰੋਸ਼ਾ ਰੋਸ਼ਾ ਆਈ ਤੇ ਚਲੀ ਗਈ ਉਹਦੇ ਆਉਣ ਨੂੰ ਕਾਮਨੀ ਚ ਬੜੀ ਉਥਲ-ਪੁਥਲ ਮਚਾਉਂਦੀ ਸੀ ਕਾਮਨੀ ਦੀ ਸ਼ਰਮਿੰਦਗੀ ਹੌਲੀ-ਹੌਲੀ ਰੋਸ਼ਾ ਪ੍ਰਤੀ ਗੁੱਸੇ 'ਚ ਬਦਲਦੀ ਜਾ ਰਹੀ ਸੀ ਗੁੱਸੇ ਦੇ ਨਾਲ ਹੀ ਉਹਨੂੰ ਆਪਣੇ ਨਿੱਜ ਦੀ ਚੇਤਨਾ ਵੀ ਹੋ ਰਹੀ ਸੀ ਕਿ ਉਹਦੀ ਸੰਪੂਰਨ ਜੀਵਨ ਜੁਗਤ ਰੋਸ਼ਾ ਵਰਗੀਆਂ ਦੀ ਪਰਖ ਤੇ ਕਸਵੱਟੀ ਤੇ ਹੀ ਪੂਰੀ ਉਤਰਨੀ ਚਾਹੀਦੀ ਹੈ ਉਹਨੇ ਆਪਣੇ ਆਪ ਨੂੰ ਸਵਾਲ ਪੁੱਛਿਆ ਸੀ ਨਹੀਂ ਨਹੀਂ ਆਪਣੇ ਅਣਬੋਲੇ ਸਵਾਲ ਦਾ ਜਵਾਬ ਉਹਨੇ ਉੱਚੀ ਬੋਲ ਕੇ ਦਿੱਤਾ ਮੇਰੇ ਖੂਨ ਦਾ ਗਰੁੱਪ ਮੇਰਾ ਹੈ ਉਹਦੇ ਕਰਕੇ ਉਪਜੇ ਹਾਲਾਤ ਮੇਰੇ ਹਨ ਇਹ ਬੱਚੀ ਵੀ ਮੇਰੀ ਹੈ ਰੁਸ਼ਾ ਕਾਮਨੀ ਤੇ ਗੁੱਸਾ ਤੇ ਉਤੇਜਨਾ ਭਾਰੂ ਸੀ ਉਹਦੀਆਂ ਬਾਹਾਂ ਵਿੱਚ ਦੀ ਬੱਚੀ ਸੀ ਮਨ ਚ ਰੁਸ਼ਾ ਆਦੀਆਂ ਨਜ਼ਰਾਂ ਚ ਪਰਵਾਨਗੀ ਤੋਂ ਇਨਕਾਰ ਸੀ ਪਰੰਪਰਾ ਤੇ ਵਿਲਾਸਤਾ ਦੀ ਜ਼ਿੰਦਗੀ ਤੋਂ ਹੀ ਵਿਦਰੋਹ ਕਿਉਂ ਦੇ ਦਵਾਂ ਮੈਂ ਆਪਣੀ ਬੱਚੀ ਕਿਸੇ ਇਸ਼ੂ ਲੈਸ ਰਿਸ਼ਤੇਦਾਰ ਨੂੰ ਉਹ ਫਿਰ ਚਿੱਕੀ ਸੀ ਉਹਨੇ ਬਾਹਾਂ ਚ ਫੜੀ ਬੱਚੀ ਨੂੰ ਆਪਣੀ ਹਿੱਕ ਤੇ ਘੁੱਟ ਲਿਆ ਉਹਦੇ ਅੰਥਾਣਾਂ ਚ ਕੁਝ ਹੋਣ ਲੱਗ ਪਿਆ ਮਮਤਾ ਦਾ ਕਿਤੇ ਓਂ ਕੜ ਟੁੱਟ ਗਿਆ ਸੀ ਉਨੇ ਖੁੱਲੇ گاਉਂ ਨੂੰ ਉੱਪਰ ਸਰਕਾਇਆ ਤੇ ਆਪਣਾ ਖੱਬਾ ਥਣ ਬੱਚੀ ਦੇ ਮੂੰਹ 'ਚ ਦੇ ਦਿੱਤਾ ਅਚਾਨਕ ਬੱਚੀ ਨੂੰ ਗਵਾਚੀ ਮਾਂ ਮਿਲ ਗਈ ਸੀ ਤੇ ਤ੍ਰਿਸਕਾਰਤ ਧੀ ਨੂੰ ਮਾਂ ਦੀ ਪਰਵਾਨਗੀ ਹਾਏ ਮੇਰੀ ਬੱਚੀ ਚੰਗਾ ਹੋਇਆ ਅਬੋਰਸ਼ਨ ਨਹੀਂ ਹੋਈ ਪਹਿਲੀ ਵਾਰ ਦੁੱਧ ਚੁੰਗਰੀ ਬੱਚੀ ਉਹਨੂੰ ਪਿਆਰੀ ਲੱਗ ਰਹੀ ਸੀ ਉਹਦੇ ਕੋਲੇ ਵਾਲਾਂ ਤੇ ਹੱਥ ਫੇਰਨ ਲੱਗ ਪਈ ਆਪਣੀ ਹਿੱਕ 'ਚ ਉਹਨੂੰ ਮਮਤਾ ਦੇ ਨਿੱਘ ਦਾ ਸੁੱਖ ਅਨੁਭਵ ਹੋ ਰਿਹਾ ਸੀ ਉਹਦੀ ਬੱਚੀ ਉਹਦੇ ਥਣਾ 'ਚ ਦੁੱਧ ਰਾਈ ਉਦੇ ਅੰਤਰਮਨ ਦਾ ਭਾਰ ਬਾਹਰ ਲਿਆ ਕੇ ਉਹਨੂੰ ਹੋਰ guna ਬਖਸ਼ੇ ਜਾਣ ਦਾ ਅਹਿਸਾਸ ਕਰਵਾ ਰਹੀ ਸੀ ਧੰਨਵਾਦ